बिल्कुल जी, एक पास सिद्धू साहब गल करिए, भगवंत मान लगातार कोशिशें कर रहे हैं भी अमन कानून बहाल होवे। हुण दूजे पास आप गल करिए सुखबीर सिंह बादल की, जेडे कि बिक्रम मजीठिया जेल के मिलने लिए आए थे, एक घंटा तकरीबन मुलाकात भी हुई, लेकिन मुलाकात तो बाद उन्होंने बाहर आ गए जिथे पंजाब सरकार के उपर बड़े निशाने लाए ने, उत्थे कुछ गंभीर दोष भी लगाए ने। वो कहते हुए नज़र आए ने कि मजीठिया दे नाल जेल दे विच माड़ा बतीरा हो रहा है, उन्होंने उपर जुल्म किए जा रहे हैं तो उन्होंने तोड़न की कोशिश की जा रही है। किवें देख रहे हो सुखबीर बादल दे इन्हां बयानां नूं? देखो सुखबीर बादल कल जेल दे विच गए जी। सुखबीर बादल दे नाल अकाली दल दे कुछ होर लीडर भी सीगे, जिवें पटियाला तो सुरजीत सिंह रखड़ा, क्योंकि पटियाला दे जिला देहाती जिला प्रधान ने जिहड़े इत्थों दे सुरजीत सिंह रखड़ा, पटियाला जेल दे विच ही जिहड़े आ उह तैनात इत्थे जिन्हां नूं जेल दे विच बंद ने बिक्रम सिंह मजीठिया, तां सुखबीर सिंह बादल उन्हां नूं नाल लैके जेल दे विच गए। तकरीबन एक घंटे की यह मुलाकात बिक्रम सिंह मजीठिया दे नाल दसी जा रही है। तो उस तो बाद फिर इस मुलाकात तो बाद उन्होंने ये गल दसी सुखबीर सिंह बादल होरां ने कि भाई बिक्रम सिंह मजीठिया दे नाल जेल दे विच वधिया वतीरा जिहड़ा उह नहीं किया जा रहा, माड़ा वतीरा कहिंदे किया जा रहा। सीधे तौर पर उन्होंने आम आदमी पार्टी की सरकार से निशाना साधिया, वह कहिंदे कि भाई जिहड़ी आम आदमी पार्टी की सरकार है वह बिक्रम सिंह मजीठिया दे नाल किड़ा कढ रही, कहिंदे बिक्रम सिंह मजीठिया अंदर चढ़दी कला च है पर बिक्रम सिंह मजीठिया नूं तोड़न की जिहड़ी आ कोशिश की जा रही है। कहिंदे कि भाई तो उन्होंने जिहड़ा बड़ा माड़ा वतीरे का जिहड़ा सामना करना पै रहा है। बिल्कुल जी, तां इहो जिहियां गल्लां उन्होंने कल सुखबीर सिंह बादल होना ने जेल तो बाहर आके जिहड़ियां कीतियां, तां उन्होंने यह भी गल कही कि जिहड़ा ग्रैजुएट व्यक्ति हुंदा उहनूं जिहड़ा हैगा बी क्लास वाले दे विच रख्या जांदा है, पर इन्हां नूं कहिंदा उह जी सहूलत कोई नहीं दित्ती गई, जाणबुझ के जिहड़ियां किड़ां कढ रही है सुखबीर सिंह बादल होणी कहिंदे। ਤਾਂ ਹੁਣ ਸੁਖਬੀਰ ਸਿੰਘ ਬਾਦਲ ਹੁਣੀ ਬਾਹਰ ਆ ਕੇ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਜਾਂ ਵਾਕਈ ਉਹ ਜਿਹੇ ਹਾਲਾਤ ਨੇ ਅੰਦਰ ਜਾਂ ਕਿਵੇਂ ਨੇ, ਕਿਉਂਕਿ ਜਦੋਂ ਬਿਕਰਮ ਸਿੰਘ ਮਜੀਠੀਆ ਬਾਹਰ ਆਏ ਸੀ ਤਾਂ ਉਦੋਂ ਤਾਂ ਬੜੀਆਂ ਮੁੱਛਾਂ ਚਾੜ ਰਹੇ ਸੀ, ਉਦੋਂ ਤਾਂ ਇਹ ਗੱਲਾਂ ਕਹਿ ਰਹੇ ਸੀ ਕਿ ਭਾਈ ਇਹ ਚੱਕਰ ਹੀ ਕੋਈ ਨਹੀਂ, ਮੈਨੂੰ ਜਿੱਥੇ ਮਰਜ਼ੀ ਲਈ ਫਿਰ ਮੈਂ ਪਰਵਾਹ ਹੀ ਕੋਈ ਨਹੀਂ ਕਰਦਾ। ਤਾਂ ਹੁਣ ਅੰਦਰ ਕੀ ਹੋ ਰਹੀ ਹੈ ਅਜਿਹੀ ਗੱਲਬਾਤ, ਕੀ ਮਾੜਾ ਵਤੀਰਾ ਜਿਹੜਾ ਹੋ ਰਿਹਾ ਉਹ ਦੱਸ ਦੇਣਾ ਚਾਹੀਦਾ, ਜੇ ਕੋਈ ਧਮਕੀਆਂ ਦਿੰਦਾ ਹੈ ਜਾਂ ਫਿਰ ਕੋਈ ਕਿਸੇ ਤਰੀਕੇ ਦਾ ਮਾੜਾ ਵਤੀਰਾ ਕਰਦਾ ਉਹਨੂੰ ਪਰਦਾਫਾਸ਼ ਕਰਨਾ ਚਾਹੀਦਾ, ਇਹੋ ਜਿਹੇ ਅਫਸਰ ਨੂੰ ਸਜ਼ਾ ਮਿਲਣੀ ਚਾਹੀਦੀ ਆ। ਅੰਦਰ ਜੇ ਕੋਈ ਇਹੋ ਜਿਹਾ ਵਿਅਕਤੀ ਹੈਗਾ ਜਾਂ ਕੋਈ ਲੀਡਰ ਜਿਹੜਾ ਇਹੋ ਜਿਹਾ ਕੰਮ ਅੰਦਰ ਬਿਕਰਮ ਸਿੰਘ ਮਜੀਠੀਏ ਉਹਨਾਂ ਦੇ ਨਾਲ ਕਰਵਾ ਰਿਹਾ ਤਾਂ ਉਹ ਬਹੁਤ ਮੰਦਭਾਗੀ ਗੱਲ ਹੈ, ਦੱਸ ਦੇਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕੀ ਅੰਦਰ ਹੋ ਰਿਹਾ, ਜਾਂ ਫਿਰ ਸਿਰਫ ਇਹ ਸਿਆਸੀ ਤੌਰ ਤੇ ਇਲਜ਼ਾਮਬਾਜ਼ੀਆਂ ਨੇ, ਇਹ ਹੁਣ ਪਤਾ ਨਹੀਂ ਲੱਗ ਰਿਹਾ ਕਿ ਬਾਹਰ ਆਉਣ ਵਾਸਤੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਗੱਲਾਂ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ, ਤਾਂ ਉੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਇਸ ਬਿਆਨ ਤੋਂ ਬਾਅਦ ਲੋਕ ਜਿਹੜੇ ਸਵਾਲ ਵੀ ਚੁੱਕਣ ਲੱਗ ਗਏ, ਕਹਿੰਦੇ ਸੁਖਬੀਰ ਬਾਦਲ ਜੀ ਜਿਹੜੇ ਤੁਹਾਡੇ ਜੇਲ੍ਹ ਸੁਪਰਡੈਂਟ ਲੱਗੇ ਨੇ ਸੁੱਚਾ ਸਿੰਘ, ਇਹ ਬੜੀ ਫੈਮਲੀਆਂ ਮੀਟਿੰਗਾਂ ਤੁਹਾਡੇ ਨਾਲ ਇਹ ਕਰਦੇ ਰਹੇ ਆ, ਫੈਮਲੀ ਮੁਲਾਕਾਤਾਂ ਤੁਹਾਡੇ ਨਾਲ ਕਰਦੇ ਰਹੇ ਆ, ਤੇ ਤੁਹਾਡੇ ਤਾਂ ਇਹ ਕਹਿੰਦੇ ਕਰੀਬੀ ਬੜੇ ਆ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਮਜੀਠੀਆ ਨੂੰ ਕੋਈ ਸਹੂਲਤ ਸਵਾਲ ਦਵਾ ਦਿਓ। ਹੁਣ ਪਤਾ ਨਹੀਂ ਲੱਗ ਰਿਹਾ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਸਿਰਫ ਸਿਆਸੀ ਤੌਰ ਤੇ ਸਿਆਸੀ ਇਲਜ਼ਾਮਬਾਜ਼ੀਆਂ ਨੇ ਜਾਂ ਵਾਕਈ ਬਿਕਰਮ ਸਿੰਘ ਮਜੀਠੀਆ ਦੇ ਨਾਲ ਅੰਦਰ ਜਿਹੜਾ ਮਾੜਾ ਵਤੀਰਾ ਹੋ ਰਿਹਾ ਜਾਂ ਵਾਕਈ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਇਹ ਜਿਹੜੀਆਂ ਗੱਲਾਂ ਸਮਝ ਨਹੀਂ ਆ ਰਹੀਆਂ। ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਥਾਪੀਆਂ ਮਾਰਦੇ ਸੀ, ਮੁੱਛਾਂ ਚਾੜਦੇ ਸੀ, ਤਾਂ ਹੁਣ ਅਚਾਨਕ ਜਦੋਂ ਪਤਾ ਲੱਗਿਆ ਕਿ ਨਾ ਤਾਂ ਹੁਣ ਮੇਰੀਆਂ ਕੋਈ ਬਾਹਰ ਖਬਰਾਂ ਖੁਬਰਾਂ ਲੱਗਦੀਆਂ ਨੇ, ਤੇ ਜਿਹੜੇ ਬਾਹਰ ਲੋਕ ਬੈਠੇ ਸੀਗੇ ਅਕਾਲੀ ਦਲ ਦੇ, ਤੁਹਾਨੂੰ ਚੇਤਾ ਹੋਊ ਲੱਕੀ ਜੀ, ਜਦੋਂ ਬਿਕਰਮ ਸਿੰਘ ਮਜੀਠੀਆ ਅੰਦਰ ਗਏ ਤੇ ਹਲੇ ਵੋਟਾਂ ਦਾ ਰਿਜ਼ਲਟ ਆਉਣਾ ਸੀਗਾ, ਤਾਂ ਲੋਕ ਜਿਹੜੇ ਲੀਡਰ ਜਿਹੜੇ ਸੀਗੇ ਉਹ ਵੱਖ ਵੱਖ ਹਲਕਿਆਂ ਦੇ ਵਿੱਚੋਂ ਆ ਕੇ ਪਟਿਆਲੇ ਦੀ ਲੀਡਰਸ਼ਿਪ ਦੇ ਸਮੇਤ ਜਿਹੜੇ ਧਰਨਾ ਲਾ ਕੇ ਬੈਠ ਗਏ ਸੀਗੇ, ਇੱਕ ਕਹਿ ਦਈਏ ਧਰਨਾ ਜਾਂ ਕਹਿ ਦਈਏ ਜਾਂ ਆਪਾਂ ਕਹਿ ਦਈਏ ਇੱਕ ਮੋਰਚਾ ਲਾ ਕੇ ਬਹਿ ਗਏ ਸੀ ਜੇਲ੍ਹ ਦੇ ਬਾਹਰ, ਪੱਕੇ ਟੈਂਟ ਲੱਗ ਗਏ ਸੀ, ਉੱਥੇ ਲੰਗਰ ਚੱਲਦਾ ਸੀਗਾ, ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਕਰਕੇ ਅਸੀਂ ਇੱਥੇ ਬੈਠੇ ਹਾਂ। ਤਾਂ ਜਿਵੇਂ ਹੀ ਲੱਕੀ ਜੀ ਉਹ ਰਿਜ਼ਲਟ ਆਇਆ, ਜਿਵੇਂ ਪਤਾ ਲੱਗਿਆ ਕਿ ਅਕਾਲੀ ਦਲ ਨੂੰ ਸੀਟਾਂ ਹੀ ਦੋ ਰਹਿ ਗਈਆਂ, ਤੀਜੀ ਸੀਟ ਤਾਂ ਜਿਹੜੀ ਉਹ BJP ਦੀ ਸੀਗੀ, ਉਸ ਤੋਂ ਬਾਅਦ ਨਾ ਤਾਂ ਉਹ ਤੰਬੂ ਲੱਭਿਆ ਤੇ ਨਾ ਤੰਬੂ ਦੇ ਵਿੱਚ ਬੈਠਣ ਵਾਲੇ ਜਿਹੜੇ ਆ ਲੋਕ ਲੱਭੇ ਆ। ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਜਾ ਕੇ ਗੱਲ ਪਤਾ ਤਾਂ ਲੱਗੀ ਹੋਈ ਹੁੰਦੀ ਆ ਕਿ ਭਾਈ ਬਾਹਰ ਜਿਹੜੇ ਲੋਕ ਬੈਠੇ ਸੀਗੇ ਜਿਹੜੇ ਕਹਿੰਦੇ ਸੀ ਕਿ ਮਜੀਠੀਆ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ, ਉਹ ਜਿਹੜੇ ਬਾਹਰ ਦਿਖਾਈ ਦੇ ਰਹੇ ਉਹ ਭਾਜਪਾ ਪਤਾ ਨੀ ਕਿੱਧਰ ਗਏ, ਤਾਂ ਉਹਨਾਂ ਨੂੰ ਸ਼ਾਇਦ ਆਪਣਾ ਸਿਆਸੀ ਜਿਹੜਾ ਇੱਕ ਕੱਦ ਸੀ ਉਹ ਜਿਹੜਾ ਘਟਦਾ ਹੋਇਆ ਨਜ਼ਰ ਆ ਰਿਹਾ, ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਘਟਦਾ ਨਜ਼ਰ ਆ ਰਿਹਾ, ਤਾਂ ਉਹਨਾਂ ਨੂੰ ਸ਼ਾਇਦ ਹੁਣ ਲੱਗਣ ਲੱਗ ਗਿਆ ਕਿ ਭਾਈ ਜਿਹੜਾ ਮੈਂ ਜੇਲ੍ਹ ਦੇ ਵਿੱਚ ਬੈਠ ਕੇ ਹੀਰੋ ਬਣ ਰਿਹਾ ਸੀ ਉਹ ਜਿਹੜੀ ਹੀਰੋਗਿਰੀ ਹੁਣ ਖਤਮ ਹੁੰਦੀ ਜਾ ਰਹੀ ਹੈ, ਤਾਂ ਹੁਣ ਰੌਲਾ ਰੱਪਾ ਪਾ ਕੇ ਬਾਹਰ ਜਾਣ ਦੀ ਕਰੀਏ, ਤਾਂ ਫਿਰ ਹੁਣ ਦੱਸ ਦੇਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ, ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਦੱਸ ਦੇਣਾ ਚਾਹੀਦਾ
ਕਿ ਕਿਹੜੇ ਅਫਸਰ ਤੋਂ ਕਿਹੜੇ ਕਾਰਨਾਂ ਦੇ ਕਰਕੇ ਕਿਹੜੇ ਲੀਡਰ ਦੇ ਕਹਿਣ ਤੇ ਅੰਦਰ ਜਿਹੜਾ ਖਤਰਾ ਬਣ ਰਿਹਾ ਹੈ ਕੀ ਕੁਝ ਗੱਲਾਂ ਬਾਤਾਂ ਅੰਦਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੋ ਰਹੀਆਂ ਉਹ ਜਿਹੜੀਆਂ ਸਾਰੀਆਂ ਦੱਸ ਦੇਣੀਆਂ ਚਾਹੀਦੀਆਂ ਤੇ ਜੇ ਦੱਸ ਦੇਣਗੇ ਤਾਂ ਕੋਈ ਹੱਲ ਵੀ ਹੋ ਜੂ ਜੇ ਕੁਝ ਮੋੜ ਮੋੜ ਗੱਲਾਂ ਕਰੀ ਜਾਣਗੇ ਤਾਂ ਲੋਕ ਇਹ ਸਮਝਣਗੇ ਕਿ ਇਹ ਸਿਰਫ ਸਿਆਸੀ ਇਲਜ਼ਾਮਬਾਜ਼ੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਕਿ ਕੱਲ੍ਹ ਸੁਖਬੀਰ ਸਿੰਘ ਬਾਦਲ ਸੁਰਜੀਤ ਸਿੰਘ ਰੱਖੜਾ ਉਹਨਾਂ ਦੇ ਸਮੇਤ ਜੇਲ੍ਹ ਦੇ ਵਿੱਚ ਗਏ ਸੀ ਇੱਕ ਘੰਟਾ ਉੱਥੇ ਮੁਲਾਕਾਤ ਹੋਈ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਨਾਲ ਜਿਹੜਾ ਬੜਾ ਮਾੜਾ ਵਤੀਰਾ ਜਿਹੜਾ ਕੀਤਾ ਜਾ ਰਿਹਾ ਤਾਂ ਹੁਣ ਇਹ ਤੋਂ ਸਾਫ਼ ਇਹ ਲੱਗ ਰਿਹਾ ਕਿ ਜਾਂ ਤਾਂ ਇਹ ਸਿਆਸੀ ਇਲਜ਼ਾਮਬਾਜ਼ੀਆਂ ਨੇ ਤੇ ਜੇ ਸਿਆਸੀ ਇਲਜ਼ਾਮਬਾਜ਼ੀਆਂ ਨਹੀਂ ਤਾਂ ਫਿਰ ਦੱਸ ਦੇਣਾ ਚਾਹੀਦਾ ਕਿ ਭਾਈ ਅੰਦਰ ਕੀ ਹੋ ਰਿਹਾ ਜਾਂ ਫਿਰ ਇਹਨਾਂ ਨੂੰ ਖਦਸ਼ੇ ਆ ਕਿ ਸਾਡੀ ਸਰਕਾਰ ਦੇ ਮੌਕੇ ਜਿਹੜੇ ਸਾਡੀ ਸਰਕਾਰ ਦੇ ਸਿਆਸੀ ਵਿਰੋਧੀ ਲੋਕ ਸੀਗੇ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਅਸੀਂ ਅੰਦਰ ਕੀ ਕਰਵਾਉਂਦੇ ਰਹੇ ਹਾਂ ਜਾਂ ਉਹਨਾਂ ਦੇ ਨਾਲ ਅੰਦਰ ਕੀ ਹੁੰਦਾ ਰਿਹਾ ਜਿਹਦੇ ਉਹੋ ਜਿਹਾ ਹੀ ਵਤੀਰਾ ਸਾਡੇ ਨਾਲ ਨਾ ਹੋ ਜੇ ਜਾਂ ਉਸ ਤਰੀਕੇ ਦਾ ਵਤੀਰਾ ਹੋਣ ਤੋਂ ਪਹਿਲਾਂ ਹੀ ਇਹਨਾਂ ਦੇ ਵੱਲੋਂ ਕੁਝ ਖਦਸ਼ੇ ਜਿਹੜੇ ਆ ਜ਼ਾਹਰ ਕੀਤੇ ਜਾ ਰਹੇ ਹੋਣ ਇਸ ਕਰਕੇ ਡਰ ਸਤਾ ਰਿਹਾ ਹੋਵੇ ਦੱਸ ਦੇਣਾ ਚਾਹੀਦਾ ਕਿ ਅਸਲ ਗੱਲ ਕੀ ਸਿੱਧੂ ਸਾਹਿਬ ਆਪਾਂ ਕਹਿ ਸਕਦੇ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਮੁੱਛਾਂ ਚਾੜ੍ਹਨੀ ਜਾ ਰਹੀ ਸੀ ਮਜੀਠੀਆ ਵੱਲੋਂ ਵੀ ਹੁਣ ਬੜਕਾਂ ਤੋਂ ਲੈ ਕੇ ਲੇਲਗੜਿਆਂ ਤੱਕ ਦੇ ਹਾਲਾਤ ਬਣ ਗਏ ਨੇ ਇਹ ਵੀ ਹੋ ਸਕਦਾ ਜੀ ਤੇ ਦੂਸਰਾ ਗੱਲ ਜ਼ੁਲਮਾਂ ਦੀ ਕੀਤੀ ਹੈ ਜਿੱਥੇ ਬਾਕੀ ਸਾਰੀ ਗੱਲ ਬੜੀ ਬੇਵਾਕੀ ਦੇ ਨਾਲ ਰੱਖਦੇ ਨੇ ਆਪਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਇਹ ਤਾਂ ਕਹਿਤਾ ਜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ੁਲਮ ਕੀਤੇ ਜਾ ਰਹੇ ਨੇ ਨਾ ਤਾਂ ਇਹ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਮੀਡੀਆ ਦੇ ਵਿੱਚ ਵੀ ਜ਼ੁਲਮ ਕਿਸ ਤਰ੍ਹਾਂ ਦੇ ਹੋ ਰਹੇ ਨੇ ਕਿਉਂਕਿ ਜੇਕਰ ਇੱਕ ਘੰਟੇ ਦੀ ਮੁਲਾਕਾਤ ਦੇ ਵਿੱਚ ਉਹਨੂੰ ਦੱਸਿਆ ਹੋਊਗਾ ਤਾਂ ਨਾਲ ਇਹ ਵੀ ਦੱਸਿਆ ਹੋਊ ਨਾ ਵੀ ਜ਼ੁਲਮ ਹੋ ਕਿਸ ਤਰ੍ਹਾਂ ਦੇ ਰਹੇ ਨੇ ਤੇ ਦੂਸਰੀ ਗੱਲ ਇਹ ਆ ਵੀ ਤੋੜਨ ਦੀ ਕੋਸ਼ਿਸ਼ ਕਿਸ ਕਾਰਨ ਤੋੜਨ ਦੀ ਕੋਸ਼ਿਸ਼ ਜਾ ਰਹੀ ਹੈ ਇਹ ਵੀ ਉਹਨਾਂ ਨੇ ਕਲੀਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਵੇਂ ਦੇਖ ਰਹੇ ਹੋ ਫਿਰ ਉਹੀ ਗੱਲ ਹੋਗੀ ਬੜਕਾਂ ਤੋਂ ਲੈ ਕੇ ਲੇਲਗੜਿਆਂ ਤੱਕ ਦੇ ਹਾਲਾਤ ਬਣਨੇ ਨਜ਼ਰ ਆ ਰਹੇ ਨੇ ਮਜੀਠੀਆ ਦੇ ਲਈ ਜਾਂ ਸੁਖਬੀਰ ਸਿੰਘ ਬਾਦਲ ਦੇ ਲਈ ਨਹੀਂ ਬਿਲਕੁਲ ਬਿਲਕੁਲ ਦੇਖੋ ਜਦੋਂ ਹੱਥਾਂ ਹਰ ਤਰੀਕਾ ਬੰਦਾ ਅਪਣਾਉਂਦਾ ਜਦੋਂ ਜੇਲ੍ਹ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਨਾ ਤਾਂ ਫਿਰ ਬੰਦਾ ਹਰ ਤਰੀਕੇ ਦਾ ਜਿਹੜਾ ਤਰੀਕਾ ਅਪਣਾਉਂਦਾ ਤਾਂ ਦੇਖੋ ਪਹਿਲਾਂ ਤਾਂ ਉਹਨਾਂ ਦੀ ਪੇਸ਼ੀ ਦੇ ਬਹਾਨੇ ਬਾਹਰ ਬੂਰ ਆ ਜਾਂਦੇ ਸੀ ਵਿਕਰਮ ਮਜੀਠੀਆ ਬਾਹਰ ਦੇ ਮਾਹੌਲ ਚਾਲ ਦੇਖ ਲੈਂਦੇ ਸੀ ਦਰਖਤ ਦੇ ਉੱਤੇ ਲੰਘਦੇ ਟੱਪਦੇ ਗੱਡੀਆਂ ਲੰਘਦੀਆਂ ਟੱਪਦੀਆਂ ਦੇਖ ਲੈਂਦੇ ਸੀ ਤੇ ਮੁੜਦੇ ਹੋਏ ਪੇਸ਼ੀ ਤੋਂ ਪੇਸ਼ੀ ਤੇ ਜਾ ਕੇ ਆਪਣੇ ਲੋਕਾਂ ਦੇ ਨਾਲ ਬੰਦਿਆਂ ਦੇ ਨਾਲ ਮੁਲਾਕਾਤ ਕਰ ਲੈਂਦੇ ਸੀਗੇ ਆਉਂਦੇ ਹੋਏ ਢਾਬਿਆਂ ਢੁੱਗਿਆਂ ਤੇ ਰੁਕ ਜਾਂਦੇ ਸੀ ਉੱਥੇ ਮੁਲਾਕਾਤਾਂ ਹੋ ਜਾਂਦੀਆਂ ਸੀਗੀਆਂ ਤਾਂ ਜਿਹੜਾ ਹੈਗਾ ਤਾਂ ਫਿਰ ਉਸ ਤੋਂ ਬਾਅਦ ਹੁਣ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਜਿਹੜੀ ਪੇਸ਼ੀ ਆ ਉਹ ਵੀ ਜਿਹੜੀ ਜੇਲ੍ਹ ਦੇ ਅੰਦਰੋਂ ਹੀ ਲੱਗੀ ਜੀ ਪੈਣ ਲੱਗ ਗਈ ਆ ਜਿਹਦੇ ਕਰਕੇ ਮੁਸੀਬਤ ਜਿਹੜੀ ਇਹਨਾਂ ਦੀ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ ਤਾਂ ਮੁਸੀਬਤ ਲਗਾਤਾਰ ਮੁਸੀਬਤ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਲੀਡਰ ਤਾਂ ਇਹ ਗੱਲਾਂ ਕਹਿ ਰਹੇ ਸੀਗੇ ਜਗੀਰ ਕੌਰ ਹੋਣੀ ਜਾਂ ਕੁਝ ਹੋਰ ਲੀਡਰ ਕਿ ਬਿਕਰਮ ਸਿੰਘ ਮਜੀਠੀਆ ਹੋਣੀ ਅੰਦਰ ਦੀਆਂ ਜਿਹੜੀਆਂ ਮੁਸ਼ਕਲਾਤਾਂ ਨੇ ਉਹ ਹੱਲ ਕਰਵਾਉਣ ਗਏ ਆ ਕੈਦੀਆਂ ਦੀਆਂ ਮੁਸ਼ਕਲਾਤਾਂ ਨੇ ਉਹ ਹੱਲ ਕਰਵਾਉਣ ਗਏ ਆ ਉਹੀ ਗੱਲਾਂ ਜਿਵੇਂ ਸਰਸਤੇ ਵਾਲੇ ਰਾਮ ਰਹੀਮ ਦੇ ਬਾਰੇ ਕਹਿੰਦੇ ਸੀਗੇ ਕਿ ਭਾਈ ਸਾਡਾ ਬਾਬਾ ਦੇ ਲੋਕਾਂ ਨੂੰ ਤਾਰਨ ਗਿਆ ਅੰਦਰ ਮਿਸ਼ਨ ਤੇ ਗਿਆ ਉਸੇ ਤਰੀਕੇ ਦੇ ਨਾਲ ਅਕਾਲੀ ਲੀਡਰ ਜੀ ਇਹ ਕਹਿੰਦੇ ਸੁਣਾਈ ਦਿੰਦੇ ਹੁੰਦੇ ਸੀਗੇ ਕਿ ਬਿਕਰਮ ਸਿੰਘ ਮਜੀਠੀਆ ਹੋਣੀ ਅੰਦਰਲੇ ਕੈਦੀਆਂ ਦੀ ਜਿਹੜੀਆਂ ਮੁਸੀਬਤਾਂ ਨੇ ਉਹ ਹੱਲ ਕਰਨ ਦੇ ਲਈ ਗਏ ਆ ਤਾਂ ਹੁਣ ਪਤਾ ਨਹੀਂ ਲੱਗ ਰਿਹਾ ਕਿ ਜਿਹੜੇ ਮੁਸੀਬਤ ਹੱਲ ਕਰਨ ਲਈ ਗਏ ਸੀ ਉਹਨਾਂ ਨੇ ਅੰਦਰ ਤੇ ਬਾਹਰ ਤੂੰ ਮੈਂ ਤਾਂ ਹੀ ਮੁਸੀਬਤਾਂ ਜਿਹੜੀਆਂ ਵੱਡੀਆਂ ਖੜੀਆਂ ਹੋ ਗਈਆਂ ਨੇ ਤਾਂ ਹੁਣ ਸਮਝ ਨਹੀਂ ਲੱਗ ਰਹੀ ਕਿ ਹੋ ਕੀ ਰਿਹਾ ਤਾਂ ਇਸੇ ਕਰਕੇ ਉਹਨਾਂ ਦੇ ਵੱਲੋਂ ਲੇਲੜੀਆਂ ਗੱਡੀਆਂ ਜਾ ਰਹੀਆਂ ਕਿ ਭਾਈ ਪਹਿਲਾਂ ਤਾਂ ਆਸ ਸੀਗੀ ਮੁੱਛਾਂ ਤਾਂ ਲੱਗੀ ਜੀ ਚਾੜੀਆਂ ਜਾ ਰਹੀਆਂ ਸੀ ਉਦੋਂ ਆਸ ਸੀਗੀ ਕਿ ਸਰਕਾਰ ਸਾਡੀ ਆ ਜਾਣੀ ਹੈ ਤੇ ਮੇਰੇ ਜੀਜੇ ਨੇ ਮੈਨੂੰ ਕੱਢ ਲੈਣਾ ਤੇ ਹੁਣ ਜੀਜਾ ਸਾਹਿਬ ਆਪ ਹਾਰ ਗਏ ਤੇ ਸਿਰਫ ਔਰ ਸਿਰਫ ਸੀਟਾਂ ਰਹਿ ਗਈਆਂ ਤੂੰ ਤੇ ਲੋਕ ਵੀ ਸੀਰੀਅਸ ਲੈਣੋਂ ਹਟ ਗਏ ਲੋਕ ਗੱਲਾਂ ਕਰਨੋਂ ਵੀ ਹਟ ਗਏ ਮੀਡੀਆ ਖ਼ਬਰਾਂ ਲਾਉਣੋਂ ਵੀ ਹਟ ਗਿਆ ਤਾਂ ਲੋਕ ਇੱਕ ਤਰੀਕੇ ਨਾਲ ਭੁੱਲ ਭੁਲਾ ਗਏ ਹੁਣ ਤਾਂ ਲੋਕਾਂ ਨੂੰ ਇਹ ਵੀ ਯਾਦ ਨਹੀਂ ਹੋਣਾ ਪਹਿਲਾਂ ਤਾਂ ਚੇਤਾ ਸੀਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਇੰਨੇ ਦਿਨ ਹੋ ਗਏ ਇੰਨੇ ਦਿਨ ਹੋ ਗਏ ਇੰਨੇ ਦਿਨ ਹੋ ਗਏ ਰਿਜ਼ਲਟ ਆਉਣ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਇੰਨੇ ਦਿਨ ਹੋ ਗਏ ਹੁਣ ਤਾਂ ਲੋਕ ਭੁੱਲ ਭੁਲਾ ਗਏ ਪਤਾ ਨਹੀਂ ਕਿੰਨੇ ਕੁ ਦਿਨ ਹੋ ਗਏ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਤੇ ਹੁਣ ਤਾਂ ਲੋਕਾਂ ਦੇ ਵਿੱਚ ਇਹ ਵੀ ਗੱਲ ਹੈ ਨਹੀਂ ਕਿ ਭਾਈ ਮਜੀਠੀਆ ਬਾਹਰ ਆਊਗਾ ਕਦੋਂ ਇਸੇ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸਿਆਸੀ ਕੰਦ ਜਿਹੜਾ ਲਗਾਤਾਰ ਘਟਦਾ ਜਾ ਰਿਹਾ ਤਾਂ ਉਸੇ ਇਹਦੇ ਡਰ ਦੇ ਕਾਰਨ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਸਿਆਸੀ ਨਾ ਤਾਂ ਕੰਦ ਰਿਹਾ ਨਾ ਸਿਆਸਤ ਸਾਡੀ ਰਹੀ ਹੈ ਤੇ ਹੁਣ ਭਾਈ ਬਾਹਰ ਜਾ ਕੇ ਚਲੋ ਘਰੇ ਚੁੱਪ ਚਪੀਤੇ ਜੇ ਅੰਦਰ ਹੀ ਬਹਿਣਾ ਪਿਆ ਤਾਂ ਚਲੋ ਘਰੇ ਬਹਿ ਜਾਂਗੇ ਫਿਰ ਜੇਲ੍ਹ 'ਚ ਤਾਂ ਜ਼ਰੂਰ ਪੈਣਾ ਤਾਂ ਹੱਥ ਪੱਲੇ ਜ਼ਰੂਰ ਮਾਰੇ ਜਾ ਰਿਹਾ ਕਿਸੇ ਤਰੀਕੇ ਦੇ ਨਾਲ ਹੁਣ ਦੇਖੋ ਗੱਲ ਬਣਦੀ ਹੈ ਕਿ ਨਹੀਂ ਬਣਦੀ ਜੀ ਬਿਲਕੁਲ ਬਿਲਕੁਲ